ਹੈਲੋ ਜੀ ਸਸੀਗਾ ਸਾਰਿਆਂ ਨੂੰ ਵੈਲਕਮ بیک ਟੂ ਮਾਈ ਚੈਨਲ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਪ੍ਰੋਡਕਟ ਦੀ ਵੀਡੀਓ ਰਿਵਿਊ ਸ਼ੇਅਰ ਕਰੂੰਗੀ ਜੋ ਕਿ ਅ ਸুইস ਬਿਊਟੀ ਬ੍ਰਾਂਡ ਹੈ ਬਹੁਤ ਹੀ ਵਧੀਆ ਹੈ ਤੇ ਇਹਦੇ ਹਰ ਇੱਕ ਪ੍ਰੋਡਕਟ ਵਧੀਆ ਹੁੰਦੇ ਮੇਕਅਪ ਦੇ ਇਹਦਾ ਮੈਂ ਮੰਗਵਾਇਆ ਸੀ ਇਲੂਮੀਨੇਟਰ ਮੇਕਅਪ ਬੇਸ ਮੰਗਵਾਇਆ ਬਹੁਤ ਹੀ ਵਧੀਆ ਹੈਗਾ ਇਹ ਦੇ ਦੋ ਸ਼ੇਡ ਹੈ ਇਹਦੇ ਚ ਇੱਕ ਪਿੰਕ ਹੈ ਇੱਕ ਗੋਲਡਨ ਹੈ ਮੈਂ ਗੋਲਡਨ ਮੰਗਵਾਇਆ ਤੇ ਉਸ ਤੋਂ ਬਾਅਦ ਮੈਂ ਮੈਂ ਪਹਿਲੇ ਆਪਣੇ ਫੇਸ ਨੂੰ ਮੋਇਸਚਰਾਈਜ਼ ਕਰ ਲਿਆ ਸੀ ਉਸ ਤੋਂ ਬਾਅਦ ਮੈਂ ਇਹਨੂੰ ਲਗਾਇਆ ਇਲੂਮੀਨੇਟਰ ਪ੍ਰਾਈਮ ਬੇਸ ਨੂੰ ਤੇ ਉਸ ਤੋਂ ਬਾਅਦ ਮੈਂ ਗਲੈਮ 21 ਦਾ ਪ੍ਰਾਈਮਰ ਲਗਾਇਆ ਸੀਗਾ ਕਿਉਂਕਿ ਜਦੋਂ ਇਹ ਮੈਂ ਇਹਨੂੰ ਲਗਾ ਕੇ ਦੇਖਿਆ ਸੀ ਆਪਣੇ ਫੇਸ ਤੇ ਪਹਿਲੇ ਤੇ ਜਦੋਂ ਆਪਾਂ ਇਹਨੂੰ ਲਗਾਨੇ ਨਾ ਇਹ ਜਿਨ੍ਹਾਂ ਦੇ ਓਪਨ ਪੋਰਸ ਆ ਉਹਨਾਂ ਦੇ ਪੋਰਸ ਦੇ ਵਿੱਚ بیٹھ ਜਾਂਦਾ ਹੈ ਤੇ ਬਹੁਤ ਹੀ ਖਰਾਬ ਲੱਗਦਾ ਹੈ ਤੇ ਤੁਸੀਂ ਪ੍ਰਾਈਮਰ ਜ਼ਰੂਰ ਅਪਲਾਈ ਕਰਿਓ ਤੇ ਕਾਫੀ ਹੱਦ ਤੱਕ ਸ਼ਾਈਨਿੰਗ ਜੀ ਆ ਜਾਂਦੀ ਆਪਣੇ ਫੇਸ ਤੇ ਅਬ ਜਿਨਾਂ ਨੂੰ ਹਾਈਲਾਈਟਰ ਨਹੀਂ ਚੰਗਾ ਲੱਗਦਾ ਫਾਊਂਡੇਸ਼ਨ ਵਗੈਰਾ ਲਗਾਉਣ ਤੋਂ ਬਾਅਦ ਜੋ ਤੇ ਤੁਸੀਂ ਇਹਨੂੰ ਜਰੂਰ ਅਪਲਾਈ ਕਰੋ ਫਾਊਂਡੇਸ਼ਨ ਲਗਾਉਣ ਤੋਂ ਪਹਿਲੇ ਬਹੁਤ ਹੀ ਵਧੀਆ ਤੇ ਉਸ ਤੋਂ ਬਾਅਦ ਮੈਂ ਪੌਂਡਸ ਦੀ ਬੀਬੀ ਕਰੀਮ ਲਗਵਾਈ ਸੀ ਲਗਾਈ ਆ ਸੋਰੀ ਤੇ ਬੀਬੀ ਕਰੀਮ ਲਗਾਈ ਆ ਪੌਂਡਸ ਦੀ ਬਹੁਤ ਹੀ ਵਧੀਆ ਇਹ ਵੀ ਚੰਗੀ ਤਰ੍ਹਾਂ ਇਹਨੂੰ ਆਪਾਂ ਬਲੈਂਡ ਕਰ ਲਵਾਂਗੇ ਫਿੰਗਰ ਨਾਲ ਹੀ ਜੇ ਤੁਹਾਨੂੰ ਵੀਡੀਓ ਥੋੜੀ ਜੀ ਵੀ ਹੈਲਪ ਹੋਈ ਹੋਵੇ ਤੁਹਾਨੂੰ ਚੂਜ਼ ਕਰਨ ਚ ਕਿ ਕਿਦਾਂ ਤੁਸੀਂ ਮੇਕਅਪ ਕਰਨਾ ਜਿਨ੍ਹਾਂ ਨੂੰ ਮੇਕਅਪ ਬਿਲਕੁਲ ਵੀ ਨਹੀਂ ਆਂਦਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਮੈਂ ਤੁਹਾਨੂੰ ਇਹਨਾਂ ਨਾਲ ਨੈਕਸਟ ਈਜ਼ੀ ਈਜ਼ੀ ਦੰਨਿਆ ਹੋਰ ਮੇਕਅਪ ਦੇ ਵੀਡੀਓ ਸ਼ੇਅਰ ਕਰਦੀ ਰਾਵਾਂਗੀ ਤਾਂ ਕਿ ਤੁਹਾਨੂੰ ਆਸਾਨੀ ਹੋਵੇ ਬਿਲਕੁਲ ਅਫੋਰਡੇਬਲ ਪ੍ਰੋਡਕਟ ਆਪਾਂ ਸਸਤੇ ਪ੍ਰੋਡਕਟ ਨਾਲ ਕਿਦਾਂ ਆਪਾਂ ਮੇਕਅਪ ਕਰਨਾ ਮੈਂ ਤੁਹਾਨੂੰ ਇਜ਼ੀ ਸਟੈਪ ਚ ਦੱਸਦੀ ਰਵਾਂਗੀ ਕੋਈ ਵੀ ਕਰ ਸਕਦਾ ਮੇਕਅਪ ਇਹ ਵਾਲਾ ਬਹੁਤ ਹੀ ਵਧੀਆ ਪ੍ਰੋਡਕਟ ਹੈ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਸਬਿਸ ਬਿਊਟੀ ਮੇਕਅਪ ਬੇਸ ਹੈ ਇਲੂਮੀਨੇਟਰ ਮੇਕਅਪ ਬੇਸ ਬਹੁਤ ਹੀ ਵਧੀਆ ਹੈ ਤੁਸੀਂ ਇਹਨੂੰ ਫਾਊਂਡੇਸ਼ਨ ਲਗਾਉਣ ਤੋਂ ਪਹਿਲੇ ਅਪਲਾਈ ਕਰਨਾ ਹੈ ਅਸਲ ਵਿੱਚ ਮੈਂ ਆਪਣੇ ਮੇਕਅਪ ਨੂੰ ਸੈੱਟ ਕਰ ਲਿਆ ਸੀਗਾ ਕੰਪੈਕਟ ਪਾਊਡਰ ਨਾਲ ਫੇਸਿਸ ਕੈਨੇਡਾ ਦਾ ਕੰਪੈਕਟ ਪਾਊਡਰ ਹੈ ਬਹੁਤ ਹੀ ਵਧੀਆ ਤੇ ਮੈਂ ਤੁਹਾਨੂੰ ਹਲਕਾ ਜਿਹਾ ਲਾਈਨਰ ਲਗਾਇਆ ਤੇ ਬਿੰਦੀ ਤੇ ਨਾਲੇ ਲਿਪਸਟਿਕ ਲਗਾਉਣ ਲੱਗੀ ਹਾਂ ਇਹ ਲਿਪਸਟਿਕ ਨੂੰ ਮੈਂ ਆਪਣੇ ਬਲਸ਼ਰ ਦੇ ਤੌਰ ਤੇ ਵੀ ਲਗਾਇਆ ਸੀਗਾ ਬਲਸ਼ਰ ਲਗਾਉਣਾ ਤੁਹਾਡੀ ਸਕਿਨ ਦਾ ਥੋੜਾ ਫੇਸ ਕਾਫੀ ਵਧੀਆ ਲੱਗਦਾ ਤੇ ਇਹ ਲਿਪਸਟਿਕ ਲਗਾਈ ਹੈ ਮੈਂ ਵਾਲੀ ਤੇ ਹਲਕਾ ਜਿਹਾ ਬਲਸ਼ਰ ਲਗਾਇਆ ਬਹੁਤ ਹੀ ਵਧੀਆ ਨੇ ਮੇਕਅਪ ਹੁੰਦਾ ਬਲਸ਼ਰ ਨਾਲ ਤੁਹਾਡੇ ਫੇਸ ਤੇ ਚਾਰ ਚੰਨ ਲੱਗ ਜਾਂਦੇ ਆ ਜ਼ਰੂਰ ਟਰਾਈ ਕਰਿਓ ਬਲਸ਼ਰ ਨੂੰ ਤੇ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਦੱਸਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ